ਤੰਗ ਸਰਕਾਰ ਹੈ ਜਿਹੜੀ ਇਹ ਘਰ ਘਰ ਰੁਜ਼ਗਾਰ ਨੌਕਰੀ ਦਾ ਦੇਣ ਦਾ ਵਾਅਦਾ ਜਿਹੜਾ ਹੈਗਾ ਲੈ ਕੇ ਸੱਤਾ ਦੇ ਵਿੱਚ ਆਈ ਸੀ ਪਰ ਇਹਨਾਂ ਨੇ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ ਹੈਗਾ ਕੱਲ ਸਾਡੀ ਤਰੀਕ ਸੀ ਕੋਰਟ ਦੀ ਤਰੀਕ ਦਾ ਕਿੱਥੇ ਤਾਂ ਹੱਲ ਕਰਨਾ ਚਾਹੀਦਾ ਸੀ ਸਟੇ ਤੁੜਵਾਉਣੀ ਚਾਹੀਦੀ ਸੀ ਪਰ ਇਹਨਾਂ ਨੇ ਕੀ ਕੀਤਾ 20 ਜਨਵਰੀ ਪੁਆਈ ਤਾਂ ਕਿ ਸਾਡਾ ਚੋਣ ਮੋਟੀਵੇਟ ਪੂਰਾ ਹੋਵੇ ਤੇ ਅਸੀਂ ਇੱਥੇ ਜਾ ਕੇ ਹੁਣ ਅਸੀਂ ਦੁਬਾਰਾ ਰੋਲਦੇ ਰਹੀਏ ਅਧਿਆਪਕ ਕੋਈ ਰੇਲਵੇ ਵਾਲੇ ਆਪਣੇ ਵਾਟਰ ਵਰਕਸ ਵਾਲਾ ਕੋਈ ਵੀ ਮਹਿਕਮਾ ਕਹਿੰਦੇ ਉਹਨਾਂ ਦੇ 36,000 ਚ ਆਉਂਦਾ ਅਸੀਂ ਤਿਆਰ ਹਾਂ ਉੱਤੇ ਆਪਦੀ ਜਾਨ ਦੇਣ ਨੂੰ ਇੱਕ ਵੀ ਮਹਿਕਮਾ ਉਹਨਾਂ ਦੇ 36,000 ਚ ਨਹੀਂ ਆਉਂਦਾ ਉਹਨਾਂ ਨੂੰ ਚਾਹੀਦਾ ਲਾਰੇ ਨਾਲ ਬਣ ਕੇ ਆਪਣੇ ਵਾਅਦੇ ਪੂਰੇ ਕਰੇ ਅੱਜ ਮਾਨਸਾ ਦੇ ਵਿੱਚ ਇੱਕ ਵਿਸ਼ਾਲ ਰੈਲੀ ਸੀਗੀ ਜਿਹਨੂੰ ਸੰਬੋਧਨ ਕਰਨ ਦੇ ਲਈ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਜੀ ਚੰਨੀ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਸਨ ਇੱਥੇ ਸਿੱਧੂ ਮੂਸੇਵਾਲਾ ਰਾਜਾ ਬੜਿੰਗ ਹੋਰ ਵੀ ਬਹੁਤ ਲੀਡਰ ਜਿਹੜੇ ਪਹੁੰਚੇ ਹੋਏ ਸੀਗੇ ਪਰ ਇਹ ਆਪਣੇ ਕੁਝ ਜਿਹੜੇ ਵਿਦਿਆਰਥੀ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਇੱਥੇ ਪਹੁੰਚੇ ਹੋਏ ਇਹਨਾਂ ਨਾਲ ਗੱਲ ਕਰਦੇ ਆ ਕੀ ਕਹਿਣਾ ਉਹਨਾਂ ਦਾ ਕੀ ਕਹਿਣਾ ਚਾਹੋਗੇ ਅੱਜ ਚੰਨੀ ਨੇ ਇੱਥੇ ਰੈਲੀ ਕੀਤੀ ਸੀ ਤੁਸੀਂ ਖਲਲ ਪਾ ਰਹੇ ਹੋ ਰੈਲੀ ਦੇ ਵਿੱਚ ਕੀ ਕਹਿਣਾ ਚਾਹੋਗੇ ਮੈਂ ਜਿਹੜੀ ਟੈਟ ਪਾਸ ਯੂਨੀਅਨ ਪੰਜਾਬ ਬੇਰੁਜ਼ਗਾਰ ਅਧਿਆਪਕ ਯੂਨੀਅਨ ਦੇ ਵਿੱਚੋਂ ਬੋਲਦੀ ਹਾਂ ਅਸੀਂ ਸਾਡਾ ਕੋਈ ਰੈਲੀ ਨੂੰ ਖਰਾਬ ਕਰਨਾ ਜਾਂ ਉੱਥੇ ਹੁੱਲੜਬਾਜ਼ੀ ਕਰਨਾ ਸਾਡਾ ਕੋਈ ਇਹ ਮਕਸਦ ਨਹੀਂ ਸੀ ਅਸੀਂ ETT ਟੈਟ ਪਾਸ ਬੇਰੁਜ਼ਗਾਰ ਅਧਿਆਪਕ ਆ ਅਸੀਂ ਦੋ ਦੋ ਟੈਸਟ ਕਲੀਅਰ ਕੀਤੇ ਆ ਸਾਡੇ 70-70 ਨੰਬਰਾਂ ਦੇ ਆ ਸਾਡੇ 70 ਅਸੀਂ SC ਜਵਾਕਾਂ ਦੇ ਅਸੀਂ SC ਦੇ ਵਿੱਚੋਂ ਪੜ੍ਹ ਕੇ ਅਸੀਂ 70-70 ਨੰਬਰ ਲੈ ਕੇ ਵੀ ਅਸੀਂ ਜੀ ਟੈਸਟ ਦੇ ਕੇ ਵੀ ਅਸੀਂ ਨੌਕਰੀਆਂ ਦੇ ਐਲੀਜੀਬਲ ਨਹੀਂ ਹੈਗੇ ਤਾਂ ਫਿਰ ਹੋਰ ਕੌਣ ਐਲੀਜੀਬਲ ਪੰਜਾਬ ਸਰਕਾਰ ਕਾਂਗਰਸ ਸਰਕਾਰ ਹੈ ਜਿਹੜੀ ਇਹ ਘਰ ਘਰ ਰੁਜ਼ਗਾਰ ਨੌਕਰੀ ਦਾ ਦੇਣ ਦਾ ਵਾਅਦਾ ਜਿਹੜਾ ਹੈਗਾ ਲੈ ਕੇ ਸੱਤਾ ਦੇ ਵਿੱਚ ਆਈ ਸੀ ਪਰ ਇਹਨਾਂ ਨੇ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ ਹੈਗਾ ਉਹਨਾਂ ਨੇ ਤਾਂ ਕੈਪਟਨ ਅਮਰਿੰਦਰ ਨੇ ਤਾਂ ਆਪਦਾ ਮੁੱਖ ਲੁਕੋ ਲਿਆ ਹੁਣ ਚੰਨੀ ਸਰਕਾਰ ਨੂੰ ਮੂਹਰੇ ਕਰਤਾ ਇਹਨਾਂ ਨੇ ਅਸੀਂ ਚੰਨੀ ਸਰਕਾਰ ਨਾਲ ਵੀ 50 ਮੀਟਿੰਗਾਂ ਕਰ ਲਈਆਂ ਸਾਡਾ ਹਜੇ ਤੱਕ ਇਹਨਾਂ ਤੋਂ ਹੱਲ ਨਹੀਂ ਨਿਕਲਿਆ ਅਸੀਂ ਸਿਰਫ ਇੰਨਾ ਮੰਗ ਰਹੇ ਹਾਂ ਕਿ 364 ਭਰਤੀ ਹੈ ਜਿਹੜੀ ਸਾਡੀ ਇਹਨਾਂ ਨੇ ਕੇਸ ਦੇ ਵਿੱਚ ਪਾ ਕੇ ਕੋਰਟ ਦੇ ਵਿੱਚ ਪਾ ਕੇ ਇਹਨਾਂ ਨੇ ਰੱਦ ਕਰ ਦਿੱਤੀ ਆ ਉਹਨੂੰ ਰੀਲੋਡ ਕੀਤਾ ਜਾਵੇ ਉਹਨੂੰ ਦਰਵਾਜ਼ ਕੀਤਾ ਜਾਵੇ ਤੇ ਜਿਹੜੀ 635 ਭਰਤੀ ਆ ਜਿਹੜੀ ਇਹਨਾਂ ਨੇ ਸਟੇ ਕੀਤੀ ਹੋਈ ਆ ਕੋਰਟ ਦੇ ਵਿੱਚ ਸਾਡੀ ਸਕਿਉਰਿਟੀ ਦੇ ਲਈ ਲਿਸਟਾਂ ਨਹੀਂ ਪੈ ਰਹੀਆਂ ਇਹਨਾਂ ਦੀ ਕੋਰਟ ਆ ਇਹਨਾਂ ਦੀ ਜੱਜ ਨੇ ਕਿਉਂ ਨਹੀਂ ਸਟੇ ਤੁੜਵਾ ਸਕਦੇ ਇਹ ਅਸੀਂ ਰੋਜ਼ ਸੜਕਾਂ ਦੇ ਧੱਕੇ ਖਾਂਦੇ ਆ ਅਸੀਂ ਕੋਈ ਅੱਜ ਦੇ ਨਹੀਂ ਹੈਗੇ ਸਾਨੂੰ 4.5 ਸਾਲ ਹੋ ਗਏ 4.5 ਸਾਲ ਰੁਜ਼ਗਾਰ ਮੰਗਦਿਆਂ ਨੂੰ ਕੋਈ ਅੱਜ ਦਾ ਦਿਨ ਨਹੀਂ ਇਹ ਸਾਡੀ 635 ਭਰਤੀ ਹੈ ਜਿਹੜੀ ਉਹ ਜਲਦੀ ਤੋਂ ਜਲਦੀ ਕੰਪਲੀਟ ਕੀਤੀ ਜਾਵੇ ਜਿਹੜੇ ਓਵਰੇਜ ਸਾਡੇ ਸਾਥੀ ਨੇ ਉਹ ਜਿਹੜੇ ਓਵਰੇਜ ਹੋ ਚੁੱਕੇ ਨੇ ਉਹਨਾਂ ਸਾਡੇ ਭਰਾਵਾਂ ਨੂੰ ਉਹ ਕਰੋਨਾ ਟਾਈਮ 'ਚ ਓਵਰੇਜ ਹੋਏ ਨੇ ਕਿਉਂਕਿ ਉਹਨਾਂ ਨੇ ਟੈਸਟ ਨਹੀਂ ਟਾਈਮ 'ਤੇ ਲੈ ਜਾਂਦੇ ਸਾਡੀ ਸਰਕਾਰ ਆ PS ਟੈਕ ਲੈਣ 'ਚ ਨਹੀਂ ਆਉਂਦੀ ਫਿਰ ਪੋਸਟਾਂ ਨਹੀਂ ਕੱਢਦੀ ਅਸੀਂ ਡਾਂਗਾ ਖਾ ਕੇ ਪੋਸਟਾਂ ਕਢਵਾਉਂਦੇ ਹਾਂ ਡਾਂਗਾ ਖਾ ਕੇ ਅਸੀਂ ਰਿਜ਼ਲਟ ਪਵਾਉਂਦੇ ਹਾਂ ਡਾਂਗਾ ਖਾ ਕੇ ਅਸੀਂ ਰੁਜ਼ਗਾਰ ਮੰਗ ਰਹੇ ਹਾਂ ਸਾਡਾ ਕੋਈ ਸ਼ੌਂਕ ਨਹੀਂ ਡਾਂਗਾ ਖਾਣ ਦਾ ਅਸੀਂ ਘਰੋਂ ਗਰੀਬ ਹੋ ਕੇ ਵੀ ਅਸੀਂ ਦਿਨ ਰਾਤ ਪੜ੍ਹਾਈਆਂ ਕਰਕੇ 70 ਨੰਬਰ ਲੈ ਕੇ ਵੀ ਸੜਕਾਂ ਦੇ ਰੁਲ ਰਹੇ ਹਾਂ ਕੀ ਗੱਲ ਬਈ ਅਸੀਂ ਨੇ ਕੀ ਮਾੜਾ ਕਰਤਾ ਸਾਡੇ ਮਾਂ ਪਿਓ ਨੇ ਸਾਨੂੰ ਪੜ੍ਹਾ ਕੇ ਮਾੜਾ ਕਰਤਾ ਚੰਨੀ ਸਾਹਿਬ ਵੱਲੋਂ ਕਿਹਾ ਜਾ ਰਿਹਾ ਹੈ ਵੀ ਜੇ ਟੈਂਕੀਆਂ ਚੜ੍ਹਨਾ ਕੋਈ ਹੱਲ ਨਹੀਂ ਹੈਗਾ ਸਾਡੇ ਨਾਲ ਗੱਲ ਕਰੋ ਗੱਲ ਕਰਕੇ ਹੀ ਮਸਲਾ ਹੱਲ ਹੋਊਗਾ ਸਰ ਗੱਲ ਕਰਨ ਦੀ ਗੱਲ ਕਰਦੇ ਹੋ ਕੱਲ ਪਰਸੋਂ ਇਹਨਾਂ ਦੀ ਇੱਕ ਮੀਟਿੰਗ ਸੀਗੀ ਤਲਵੰਡੀ ਸਾਹਿਬੋਂ ਰੈਲੀ ਸੀ ਸਾਨੂੰ ਲੋਲੀਪੌਪ ਦਿੱਤਾ ਗਿਆ ਸਾਡੀ ਮੀਟਿੰਗ ਕਰਵਾਈ ਗਈ ਕੱਲ ਸਾਡੀ ਤਰੀਕ ਸੀ ਕੋਰਟ ਦੀ ਤਰੀਕ ਦਾ ਕਿੱਥੇ ਤਾਂ ਹੱਲ ਕਰਨਾ ਚਾਹੀਦਾ ਸੀ ਸਟੇ ਤੁੜਵਾਉਣੀ ਚਾਹੀਦੀ ਸੀ ਪਰ ਇਹਨਾਂ ਨੇ ਕੀ ਕੀਤਾ 20 ਜਨਵਰੀ ਪੁਆਈ ਤਾਂ ਕਿ ਸਾਡਾ ਚੋਣ ਮੋਟੀਵੇਟ ਪੂਰਾ ਹੋਵੇ ਤੇ ਅਸੀਂ ਇੱਥੇ ਜਾ ਕੇ ਹੁਣ ਅਸੀਂ ਦੁਬਾਰਾ ਰੋਲਦੇ ਰਹੀਏ ਅੱਜ ਵੀ ਅਸੀਂ ਇਹਨਾਂ ਨੂੰ ਦੱਸਣਾ ਚਾਹੁੰਦੇ ਹਾਂ ਅੱਜ ਵੀ ਇਹਨਾਂ ਨੂੰ ਅਸੀਂ ਦੱਸਣਾ ਚਾਹੁੰਦੇ ਹਾਂ ਜੇ ਤੁਸੀਂ ਲਾਰੇ ਲਾ ਸਕਦੇ ਹੋ ਤਾਂ ਲਾਰੇ ਸਾਡੇ ਹੱਥ 'ਚ ਵੀ ਹੈਗੇ ਨੇ ਸਾਡੀ ਭਰਤੀ ਹੈ ਪੂਰੀ ਕਰਵਾ ਸਕਦੇ ਸੀ ਸਾਨੂੰ 2 ਸਾਲ ਹੋ ਗਏ ਲਮਕਦਿਆਂ ਨੂੰ ਸਾਨੂੰ ਪੁਲਿਸ ਡਾਂਗਾ ਮਾਰਦੀ ਅਸੀਂ ਤਾਂ ਇਹ ਚਾਹੁੰਦੇ ਹਾਂ ਪੁਲਿਸ ਡਾਂਗਾ ਮਾਰ ਲਓ ਰਫਲਾ ਚੱਕੇ ਹਿਟਲਰ ਬਣੇ ਸਾਡੇ ਗੋਲੀਆਂ ਮਾਰੇ ਸਾਡਾ ਇਤਿਹਾਸ ਹੀ ਖਤਮ ਹੋਵੇ ਸਾਨੂੰ ਇਹ ਕਿਉਂ ਨਹੀਂ ਨੌਕਰੀਆਂ ਦਿੰਦੇ ਅਸੀਂ 2 ਟੈਟ ਪਾਸ ਅਸੀਂ ETT ਪਾਸ ਹੈਗੇ ਅਸੀਂ 2-2 ਟੈਟ ਪਾਸ ਕੀਤੇ ਅਸੀਂ CTET ਪਾਸ ਕੀਤਾ ਅਸੀਂ HTET ਪਾਸ ਚੰਨੀ ਸਰਕਾਰ ਵੱਲੋਂ ਕਿਹਾ ਜਾ ਰਿਹਾ ਵੀ 36,000 ਜਿਹੜੇ ਕੱਚੇ ਮੁਲਾਜ਼ਮ ਸੀ ਨਾਰੇ ਸਭ ਨਾਰੇ ਨੇ ਸਾਰੇ ਨਾਰੇ ਨੇ
ਇੱਕ ਵੀ ਘੰਟੇ ਏਰੀਆ 'ਚ ਨਹੀਂ ਆਉਂਦਾ ਕੋਈ ਕੱਚਾ ਅਧਿਆਪਕ, ਕੋਈ ਕੱਚਾ ਅਧਿਆਪਕ, ਕੋਈ ਰੇਲਵੇ ਵਾਲੇ, ਕੋਈ ਆਪਣੇ ਵਾਟਰ ਵਰਕਸ ਵਾਲਾ, ਕੋਈ ਵੀ ਮਹਿਕਮਾ ਕਹਿੰਦੇ ਉਹਨਾਂ ਦੇ 36,000 'ਚ ਆਉਂਦਾ, ਅਸੀਂ ਤਿਆਰ ਹਾਂ ਉੱਥੇ ਆਪਦੀ ਜਾਨ ਦੇਣ ਨੂੰ। ਇੱਕ ਵੀ ਮਹਿਕਮਾ ਉਹਨਾਂ ਦੇ 36,000 'ਚ ਨਹੀਂ ਆਉਂਦਾ। ਉਹਨਾਂ ਨੂੰ ਚਾਹੀਦਾ ਲਾੜੇ ਨਾਲੋਂ ਵੱਧ ਕੇ ਆਪਣੇ ਵਾਅਦੇ ਪੂਰੇ ਕਰੇ। ਜਿਹੜੇ ਮੁਜ਼ਾਹਰਾ ਕਰੀ ਨੇ ਉਹਨਾਂ ਨੂੰ ਕਿਹਾ ਕਿ ਵੀ ਡੀਜੇ ਲਾ ਕੇ ਉਹਨਾਂ ਦੀ ਆਵਾਜ਼ ਬੰਦ ਕੀਤੀ ਜਾਵੇ। ਹੁਣ ਇਹ ਸਭ ਤੋਂ ਸ਼ਰਮਨਾਕ ਹਰਕਤ ਹੈ ਉਹਨਾਂ ਦੀ। ਅਸੀਂ ਇਹ ਮੁਜ਼ਾਹਰਾਕਾਰੀਆਂ ਦਬਾਉਣ ਦੀ ਗੱਲ ਕਰ ਰਹੇ ਨੇ, ਇਹ ਨਾਅਰੇ ਲਾਉਣੇ, ਇਹ ਪ੍ਰੋਟੈਸਟ ਕਰਨਾ ਸਾਡਾ ਹੱਕ ਹੈ, ਕਿਉਂਕਿ ਸਾਡੇ ਹੱਕ ਸਾਨੂੰ ਹਾਲੇ ਤੱਕ ਨਹੀਂ ਮਿਲੇ। ਇਹਨਾਂ ਨੂੰ ਚਾਹੀਦਾ ਇਹ ਜਿਹੀਆਂ ਕੁੰਝੀਆਂ ਹਰਕਤਾਂ ਕਰਨ ਤੋਂ ਵੱਧ ਸਾਨੂੰ ਸਾਡਾ ਰੁਜ਼ਗਾਰ ਦਿੱਤਾ ਜਾਵੇ। ਸਾਨੂੰ 5 ਸਾਲ ਹੋ ਗਏ ਰੋਜ਼ਦਿਆਂ ਨੂੰ, ਸਾਡੇ ਘਰਾਂ ਦਾ ਜ਼ਿੰਮੇਵਾਰ ਕੌਣ ਹੈ? ਇਹਨਾਂ ਨੇ ਕੋਰਟ 'ਚ ਲਮਕਾਈਆਂ, ਜਾਣ ਬੁੱਝ ਕੇ ਲਮਕਾਈਆਂ, ਇਹਨਾਂ ਨੇ ਹੁਣ ਵੀ ਲਮਕਾ ਰੱਖੀਆਂ ਨੇ। ਦੇਖੋ ਇਹਨਾਂ ਨੇ ਦੱਸਿਆ ਹੈਗਾ ਵੀ ਇਹਨਾਂ ਦੀਆਂ ਮੰਗਾਂ ਨੂੰ ਪੂਰੀਆਂ ਨਹੀਂ ਕੀਤਾ ਜਾ ਰਿਹਾ ਔਰ ਨਾ ਹੀ ਇਹਨਾਂ ਦੀ ਸੁਣਵਾਈ ਕੀਤੀ ਜਾ ਰਹੀ ਹੈ। ਇਸ ਕਰਕੇ ਇਹਨਾਂ ਨੂੰ ਜਾਣ ਬੁੱਝ ਕੇ ਕੋਈ ਕਿਸੇ ਨੂੰ ਸ਼ੌਂਕ ਨਹੀਂ ਹੈਗਾ ਕੋਈ ਧਰਨੇ ਲਾਉਣ ਦਾ, ਮੁਜ਼ਾਹਰੇ ਕਰਨ ਦਾ। ਇਹਨਾਂ ਨੂੰ ਮਜਬੂਰੀ ਬਸ ਧਰਨੇ ਲਾਉਣੇ ਪੈ ਰਹੇ ਨੇ ਤੇ ਰੈਲੀਆਂ ਦੇ। ਤੁਸੀਂ ਦੇਖ ਸਕਦੇ ਤਸਵੀਰਾਂ ਦੇ ਵਿੱਚ ਕਿਸ ਤਰ੍ਹਾਂ ਇਹਨਾਂ ਨੌਜਵਾਨਾਂ ਵੱਲੋਂ ਮੁਜ਼ਾਹਰਾ ਕੀਤਾ ਜਾ ਰਿਹਾ ਹੈ ਤੇ ਚੰਨੀ ਦੀ ਰੈਲੀ ਨੂੰ ਭੰਗ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।